ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮੈਂ ਰਣਜੀਤ ਸਿੰਘ ਇੱਕ ਵਾਰੀ ਫਿਰ ਨਿਊ ਵੀਡੀਓ ਲੈ ਕੇ ਜਿਮ ਆਏ ਸੀਗੇ ਜੀ। ਆਲਮੋਸਟ 11:30 ਹੋ ਚੁੱਕਿਆ, ਜਿਮ ਡਨ ਹੋ ਚੁੱਕਿਆ ਜੀ। ਮੈਂ ਤੇ ਰਮਨ ਆਏ ਸੀਗੇ ਜਿਮ, ਕਾਫੀ ਵਧੀਆ ਐਕਸਰਸਾਈਜ਼ ਕਰੀ। ਤੇ ਜਿਮ ਕਰਦੇ ਕਰਦੇ ਮੈਨੂੰ ਹੁਣ ਇੱਕ ਚੀਜ਼ ਯਾਦ ਆਈ ਹੈ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਿਕੋਜ਼ ਹੁਣੇ ਸਾਡੇ ਇੱਕ ਫਰੈਂਡ ਨਾਲ ਹੋਇਆ ਜਿਹੜਾ ਮੋਨਟਰੀਅਲ ਆਇਆ ਸੀਗਾ ਹੁਣੇ, ਤੇ ਉਹਦੀ ਕਲਾਸਾਂ ਸੀਗੀਆਂ ਜੈਨ ਦੇ ਵਿੱਚ ਸਟਾਰਟ ਜਦ ਉਹ ਇੰਡੀਆ ਸੀਗਾ। ਉਹ ਪਹਿਲਾਂ ਆ ਗਏ ਸੀਗੇ ਜੀ ਇੰਡੀਆ ਤੋਂ, ਤੇ ਜਦੋਂ ਮੋਨਟਰੀਅਲ ਆਇਆ ਤੇ ਉਹਨੂੰ ਪਤਾ ਲੱਗਿਆ ਜੀ ਉਹਦੀ ਕਲਾਸਿਸ ਹੈਗੀਆਂ ਲੇਟ, ਲਾਈਕ ਫੈਬ ਜਾਂ ਮੇ ਬੀ ਮਾਰਚ ਦੇ ਵਿੱਚ ਸਟਾਰਟ ਹੈ। ਤੇ ਹੁਣ ਉਹ ਘਰੇ ਬੈਠਾ ਜੀ, ਉਹ ਹੁਣ ਕੰਮ ਵੀ ਨਹੀਂ ਕਰ ਸਕਦਾ, ਠੀਕ ਹੈ ਸਿਨ ਤੇ। ਤੇ ਹੁਣ ਸਿਰਫ ਜੀ ਆਈ ਸੀ ਦੇ ਪੈਸੇ ਜਿਹੜੇ ਹੈਗੇ ਉਹਦੇ ਕੋਲ ਜਿਹੜੇ ਲੈ ਕੇ ਆਇਆ, ਸਿਰਫ ਉਹ ਯੂਜ ਕਰ ਰਿਹਾ। ਤੇ ਇਹ ਇਨਫੋਰਮੇਸ਼ਨ ਸੀਗੀ ਜੀ ਤੁਹਾਨੂੰ ਦੇਣੀ, ਬਿਕੋਜ਼ ਇਹ ਕਾਫੀ ਇੰਪੋਰਟੈਂਟ ਹੈ। ਜਦ ਤੁਸੀਂ ਕੈਨੇਡਾ ਆ ਰਹੇ ਹੋ ਜਾਂ ਕਿਸੇ ਵੀ ਸਿਟੀ ਆ ਰਹੇ ਹੋ, ਤੇ ਮੇਕ ਸ਼ੋਰ ਜਿਹੜਾ ਤੁਹਾਡਾ ਕੋਰਸ ਹੈ ਉਹ ਸਟਾਰਟ ਜਦੋਂ ਹੈਗਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਜਾਂ ਆਪਣੇ ਫਰੈਂਡਸ ਨੂੰ ਪਤਾ ਕਰੋ, ਕੰਸਲਟੈਂਟ ਨੂੰ ਪਤਾ ਕਰੋ ਕਿ ਤੁਹਾਡਾ ਕਾਲਜ ਕਦੋਂ ਸਟਾਰਟ ਹੈ, ਤੁਹਾਡੀ ਕਲਾਸਿਸ ਐਗਜੈਕਟ ਡੇਟ ਕਦੋਂ ਸਟਾਰਟ ਹੈ, ਤਾਂ ਫਿਰ ਤੁਸੀਂ ਉਸ ਤੋਂ 1 ਵੀਕ ਜਾਂ 2 ਵੀਕ ਤੋਂ ਪਹਿਲਾਂ ਤੁਸੀਂ ਆਓ, ਆਪਣਾ ਸੈਟਅਪ ਕਰੋ, ਇਨਵਾਇਰਮੈਂਟ ਦੇਖੋ ਇੱਥੇ ਦਾ, ਇੰਜੋਏ ਕਰੋ ਅਤੇ ਆਪਣੀ ਕਲਾਸਿਸ ਸਟਾਰਟ ਕਰੋ, ਕਾਲਜ ਲਾਈਫ ਇੰਜੋਏ ਕਰੋ, ਸਪੈਸ਼ਲੀ ਜਿਹੜਾ ਵਿੰਟਰ ਹੈਗਾ ਜੀ ਇੱਥੇ ਉਹ ਉਸਨੂੰ ਇੰਜੋਏ ਕਰੋ। ਅਤੇ ਇਹ ਚੀਜ਼ ਹੈਗੀ ਜੀ, ਇਹ ਕਾਫੀ ਇਨਫੋਰਮੇਸ਼ਨ ਮੇਰੇ ਹਿਸਾਬ ਨਾਲ ਕਾਫੀ ਜ਼ਰੂਰੀ ਸੀਗੀ ਤੁਹਾਨੂੰ ਦੇਣੀ, ਕਿ ਤੁਸੀਂ ਜਦੋਂ ਆ ਰਹੇ ਹੋ ਤਾਂ ਮੇਕ ਸ਼ੋਰ ਤੁਹਾਡੀ ਡੇਟ ਕਨਫਰਮ ਹੋਵੇ ਐਗਜੈਕਟ ਕਿ ਕਦੋਂ ਤੁਸੀਂ ਆ ਰਹੇ ਹੋ ਕਾਲਜ। ਅਤੇ ਇਹੀ ਹੈ ਜੀ, ਬਸ ਜਿਮ ਹੋ ਗਿਆ ਜੀ ਆਪਣਾ ਡਨ, ਅਤੇ ਆਪਾਂ ਚੱਲੇ ਜਿਮ ਹੁਣ ਘਰੇ। ਅਤੇ ਤੁਸੀਂ ਦੇਖਦੇ ਰਹੋ ਜੀ CHD ਬੋਇਸ, ਅਤੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰੋ, ਅਤੇ ਤੁਹਾਨੂੰ ਮਿਲਦੇ ਜੀ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਸਟੇ ਹੈਲਦੀ ਐਂਡ ਸਟੇ ਹੈਪੀ, ਬਾਏ। ਹਾਂਜੀ, ਇੱਕ ਗੱਲ ਹੋਰ ਜੀ ਮੈਨੂੰ ਹੁਣੇ ਯਾਦ ਆਈ ਹੈ, ਅਤੇ ਜਦੋਂ ਵੀ ਤੁਸੀਂ ਆਪਣਾ ਕੋਰਸ ਸਿਲੈਕਟ ਕਰ ਰਹੇ ਹੋ, ਪਲੀਜ਼ ਆਪਣੇ ਕੰਸਲਟੈਂਟ ਨਾਲ ਜਾਂ ਆਪਣੇ ਫਰੈਂਡਸ ਨਾਲ ਜਿਹੜੇ ਵੀ ਇੱਥੇ ਮੋਨਟਰੀਅਲ ਰਹਿ ਰਿਹਾ ਉਹਨਾਂ ਨਾਲ ਕਨਫਰਮ ਕਰੋ ਕਿ ਤੁਹਾਡੇ ਕੋਰਸ ਦੇ ਵਿੱਚ ਫਰੈਂਚ ਦੀ ਫਰੈਂਚ ਲੈਂਗੁਏਜ ਨਾ ਹੋਵੇ, ਬਿਕੋਜ਼ ਇੱਥੇ CGIP ਕਾਲਜ ਦੇ ਵਿੱਚ ਮੇਰੇ ਫਰੈਂਡਸ ਦੀ ਕਲਾਸ ਦੇ ਵਿੱਚ ਇੱਦਾਂ ਦਾ ਸੀਨ ਹੋਇਆ ਸੀਗਾ ਜੀ, ਅਤੇ ਉਹਨਾਂ ਦੇ ਕੋਰਸ ਦੇ ਵਿੱਚ ਫਰੈਂਚ ਸੀਗੀ, ਅਤੇ ਉਹਨਾਂ ਨੂੰ ਬਾਅਦ 'ਚ ਪਤਾ ਲੱਗਾ ਜਦੋਂ ਮੋਨਟਰੀਅਲ ਆ ਗਏ ਸੀਗੇ, ਅਤੇ ਉਹਨਾਂ ਨੂੰ ਕਾਫੀ ਲਾਈਕ ਸਟਰਗਲ ਕਰਨਾ ਪਿਆ, ਕਾਫੀ ਦਿੱਕਤਾਂ ਆਈਆਂ, ਅਤੇ ਉਹਨਾਂ ਦੇ 3 ਮਹੀਨੇ ਵੇਸਟ ਹੋਏ। ਅਤੇ ਪਲੀਜ਼ ਇਹ ਚੀਜ਼ ਨੂੰ ਕਨਫਰਮ ਕਰੋ ਕਿ ਤੁਹਾਡੇ ਕੋਰਸ ਦੇ ਵਿੱਚ ਫਰੈਂਚ ਲੈਂਗੁਏਜ ਹੈਗੀ ਹੈ ਕਿ ਨਹੀਂ ਹੈਗੀ। ਅਤੇ ਪਲੀਜ਼ ਜਿਨ੍ਹਾਂ ਨੂੰ ਆਉਂਦੀ ਆ ਉਹ ਤਾਂ ਚੂਜ਼ ਕਰਨ, ਜਿਨ੍ਹਾਂ ਨੂੰ ਨਹੀਂ ਆਉਂਦੀ ਪਲੀਜ਼ ਇੰਗਲਿਸ਼ ਲਓ, ਅਤੇ ਆਪਣਾ ਟਾਈਮ ਸੇਵ ਕਰੋ ਅਤੇ ਆਪਣਾ ਇੰਜੋਏ ਕਰੋ। ਅਤੇ ਇਹ ਇਨਫੋਰਮੇਸ਼ਨ ਸੀਗੀ ਜੀ, ਅਤੇ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਜਿਹੜੇ ਮੋਨਟਰੀਅਲ ਆ ਰਹੇ ਸਪੈਸ਼ਲੀ, ਅਤੇ ਦੇਖਦੇ ਰਹੋ ਜੀ CHD ਬੋਇਸ। ਥੈਂਕ ਯੂ।